ਤਰਨ ਤਾਰਨ ਦੇ ਵਿੱਚ ਬੱਚਿਆਂ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦਿਨ ਬ ਦਿਨ ਬਹੁਤ ਵੱਧ ਰਹੀਆਂ ਹਨ, ਜਿਸ ਤਰ੍ਹਾਂ ਕਿ ਕੁਰਕਰੇ, ਚਿਪਸ, ਖੱਟੀਆਂ ਮਿੱਟੀਆਂ ਚੀਜ਼ਾਂ ਵਾਲੇ ਸਮਾਨ ਬਹੁਤ ਹੋ ਗਏ ਹਨ। ਤਰਨ ਤਾਰਨ ਦੇ ਸਮਾਜ ਸੇਵਕ ਹਰੀ ਕ੍ਰਿਸ਼ਨ ਅਰੋੜਾ ਨੇ ਬਾਜ਼ਾਰੋਂ ਦੁਕਾਨਾਂ ਉੱਤੇ ਵਿਕ ਰਹੀਆਂ ਨਕਲੀ ਸਮਾਨ ਬੰਦ ਕਰਾਉਣ ਲਈ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ। ਨਕਲੀ ਕੁਰਕਰੇ ਜੋ ਕਿ ਨਕਲੀ ਹਨ, ਜਦ ਪੈਕਟ ਖੋਲ੍ਹਦੇ ਹਨ ਤਾਂ ਉਹਨਾਂ ਵਿੱਚੋਂ ਗੰਦੇ ਤੇਲ ਦੀ ਬਦਬੂ ਆਉਂਦੀ ਹੈ, ਬੱਚਿਆਂ ਲਈ ਬਹੁਤ ਹੀ ਹਾਨੀਕਾਰਕ ਹਨ। ਉਹਨਾਂ ਕਿਹਾ ਕਿ ਅਸੀਂ ਤਰਨ ਤਾਰਨ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਉੱਪਰ ਬੈਨ ਲਗਾਇਆ ਜਾਵੇ ਅਤੇ ਸਿਹਤ ਵਿਭਾਗ ਨੂੰ ਇਹਨਾਂ ਦੁਕਾਨਾਂ 'ਤੇ ਰੇਡ ਕਰਕੇ ਇਸ ਨੂੰ ਬੰਦ ਕਰਾਇਆ ਜਾਵੇ। ਤਰਨ ਤਾਰਨ ਸ਼ਹਿਰ ਦੇ ਵਿੱਚ ਹਿਲਦਾ ਪਿਆ ਵਾ, ਬਹੁਤ ਨਕਲੀ ਸਮਾਨ ਆ ਅਤੇ ਮਤਲਬ ਬੱਚਿਆਂ ਨੂੰ ਖਰਾਬ ਕਰਦਾ, ਗਲੇ ਖਰਾਬ ਕਰਦਾ। ਜੇ ਕੰਪਨੀਆਂ ਨਾਲ ਸੀ ਹੋਏ ਲਿਖੇ ਹੁੰਦੇ, ਰਲਦੇ ਮਿਲਦੇ ਨਾਲ ਲਿਖੇ ਹੁੰਦੇ ਆ ਅਤੇ ਲੋਕ ਪਛਾਣ ਹੋ ਜਾਂਦੇ ਆ ਕਿ ਅਸਲੀ ਚੀਜ਼ ਆ, ਗੁੰਮਰਾਹ ਹੋ ਜਾਂਦੇ ਆ ਅਤੇ ਬੱਚੇ ਮਤਲਬ ਬਿਮਾਰ ਹੋ ਜਾਂਦੇ ਆ। ਅਤੇ ਬਹੁਤ ਬਹੁਤ ਦੁਕਾਨਾਂ ਤਰਨ ਤਾਰਨ 'ਚ ਹੈਗੀਆਂ, ਹੋਲਸੇਲ ਦੀਆਂ ਦੁਕਾਨਾਂ ਤਰਨ ਤਾਰਨ 'ਚ ਹੈਗੀਆਂ, ਜਿਹੜਾ ਕਿ ਬਹੁਤ ਗਲਤ ਕੰਮ ਹੈ ਬੱਚਿਆਂ ਵਾਸਤੇ। ਬੱਚੇ ਹੀ ਸਾਰੇ ਆਪਣੇ ਅਗਾਂਹ ਚੱਲਣ ਵਾਲੇ ਬੱਚੇ ਆ, ਇਹਨਾਂ ਜ਼ਿੰਦਗੀ ਖਰਾਬ ਹੁੰਦੀ ਪਈ ਆ, ਇਹਦੇ ਸੈਂਪਲ ਭਰਨੇ ਚਾਹੀਦੇ ਆ ਔਰ ਇਹਨੂੰ ਧਿਆਨ ਨਾਲ ਵੇਖਣਾ ਚਾਹੀਦਾ। ਔਰ ਕੋਈ ਸੇਲ ਦਾ ਨੰਬਰ ਨਹੀਂ ਕਿਸੇ ਕੋਲ ਹੈਗਾ, ਨਾ ਗੱਲ ਨਾ ਕੋਈ ਬਾਤ, ਵਿਦਾਊਟ ਸੇਲ ਦਾ ਨੰਬਰ ਸ਼ੇਅਰ ਕਰੀ ਜਾਂਦੇ, ਸਭ ਕੁਝ ਕਰੀ ਜਾਂਦੇ। ਬੜੀਆਂ ਕੰਪਨੀਆਂ, ਇੱਕ ਨਹੀਂ ਇਹਦੇ, ਚੰਦ ਕੰਪਨੀ, ਦੋ ਤਿੰਨ ਹੈਗੀਆਂ, ਹੋਰ ਕੰਪਨੀਆਂ ਬੜੀਆਂ ਹੈਗੀਆਂ ਜਿਹੜੇ ਡਲਦੇ ਬਿਲਦੇ ਨਾਲ ਰੱਖੇ ਹੋਏ ਆ। ਅਤੇ ਸੀਲ ਦੀ ਪਿੰਨੀ ਵਿਕਦੀ ਪਈ ਆ, ਮੱਠੀਆਂ ਵਿਕਦੀਆਂ ਪਈਆਂ, ਜੇ ਬਿਲਕੁਲ ਗਲਤ ਆ, ਮੁਰਮੁਰਾ ਵਿਕਦਾ ਪਿਆ ਜਿਹੜਾ ਕਿ ਬਿਲਕੁਲ ਗਲਤ ਆ। ਹੈਲਥ ਡਿਪਾਰਟਮੈਂਟ ਨੂੰ ਉਸਦੀ ਡਿਊਟੀ ਲਾਈ ਪਈ ਆ ਕਿ ਉਹ ਇਹਨੂੰ ਚੈੱਕ ਕਰਨਗੇ ਅਤੇ ਇੰਸ਼ੋਰ ਕਰਨਗੇ ਵੀ ਕਿਸੇ ਵੀ ਤਰ੍ਹਾਂ ਦਾ ਸਪੂਰੀਅਸ ਮਾਲ, ਨਕਲੀ, ਘਟੀਆ, ਮਿਲਾਵਟ ਵਾਲਾ ਕੁਛ ਵੀ ਜਿਹੜਾ ਪ੍ਰੋਡਕਟ ਉਹ ਨਹੀਂ ਵਿਕਣੇ ਚਾਹੀਦੇ, ਉਹ ਬਿਲਕੁਲ ਇਸ ਗੱਲ ਨੂੰ ਯਕੀਨੀ ਬਣਾਇਆ ਜਾਊ। ਜੋ ਤੁਹਾਨੂੰ ਮੈਂ ਦੱਸ ਦਿੱਤੀ ਗੱਲ ਕਿ ਆਪਾਂ ਇਹਨੂੰ ਕਰਾ ਰਹੇ ਹਾਂ, ਇਹਦੀ ਚੈਕਿੰਗ ਕਰਵਾ ਰਹੇ ਹਾਂ, ਜਿੱਥੇ ਵੀ ਇਹ ਪਾਇਆ ਗਿਆ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਊ। ਠੀਕ ਹੈ, ਜੇ ਕੋਈ ਇੱਦਾਂ ਦੀ ਗੱਲ ਵੀ ਧਿਆਨ 'ਚ ਆਉਂਦੀ ਹੈ ਕਿ ਕੋਈ ਪੈਸੇ ਲੈ ਕੇ ਇਸ ਤਰ੍ਹਾਂ ਦੀ ਕੋਈ ਗੱਲ ਕਰਨਾ, ਉਸ ਅਧਿਕਾਰੀ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਊ। ਜਾਗਤੀ ਲੈ ਲਈ, ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।